Hi everyone, welcome back to Mommy Tales India. Today we are celebrating a truly special occasion. My mom's retirement from JNE College Ludhiana, where she served in the architecture department for 10 years. So 2nd May 2024, we marked this blessed day with heartfelt celebrations at the Gurdwara Sahib in JNEC, Ludhiana. And here we are on our way to reach the college Gurdwara, and it was wonderful to have our guests who traveled from afar to join us for this momentous occasion in my mom's life. So here we are at the college, and let's get started in today's video without any further delay. Smile. Chalo ji, let's go. ਹੇ ਪ੍ਰਭੂ ਸਿਮਰਨ ਸਹਿ ਹਰਿ ਨੇਰੇ ਸੰਤ ਕਿਰਪਾ ਤੇ ਅਨੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਜਾਤੇ ਹਰਿ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ. The Sukhmani Sahib part followed by the divine kirtan which will be done by the ragis will make our day even more special. Oh,
ਸਾਧ ਸੁਖਾ ਜਿਹਦੇ ਵਿੱਚ ਅਸੀਂ ਪੂਰੀ ਸਰਵਿਸ ਕਰਨ ਤੋਂ ਬਾਅਦ ਤੰਦਰੁਸਤੀ ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਆਪਣੇ ਇੱਜ਼ਤ ਮਾਣ ਨਾਲ ਸਭ ਕੰਮ ਸਮੇਟਦੇ ਹੋਏ ਆਪਣੀ ਜਿਹੜੀ ਆ ਰਿਟਾਇਰਮੈਂਟ 'ਤੇ ਪਹੁੰਚਦੇ ਹਾਂ। ਆਪ ਜੀ ਨੂੰ ਜੀ ਆਇਆਂ ਕਹਿ ਰਿਹਾ ਜੀ। ਇਸ ਸ਼ਾਨਾ ਮੱਤੀ ਸੰਸਥਾ ਦੇ ਵਿੱਚ ਜਦੋਂ ਅਸੀਂ ਸਰਵਿਸ ਕਰਦੇ ਹਾਂ ਤਾਂ ਇੱਕ ਮਾਣ, ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ। ਮੈਡਮ ਜਸਪਾਲ ਕੌਰ ਜੀ, ਜਿੱਦਾਂ ਸ਼ਾਇਦ ਆਪਾਂ ਸਾਰੇ ਜਾਣਦੇ ਹਾਂ ਕਿ ਪ੍ਰੋਫੈਸਰ ਕਮਲਜੀਤ ਸਿੰਘ ਢੁੱਡੀ ਕੇ ਜੀ ਦੇ ਪਤਨੀ ਜੀ ਨੇ, ਜੋ ਸਾਨੂੰ ਸਤੰਬਰ 2014 'ਚ ਜ਼ਿੰਮੇਵਾਰੀ ਇਹਨਾਂ ਨੂੰ ਸੌਂਪ ਕੇ ਆਪ ਛੱਡ ਗਏ ਸੀ, ਅਤੇ ਇਹਨਾਂ ਨੇ ਦਸੰਬਰ 2014 ਤੋਂ ਉਹਨਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰਕ, ਸੰਸਾਰਕ ਅਤੇ ਸਮਾਜਿਕ ਸਾਰੀਆਂ ਸੰਭਾਲੀਆਂ ਨੇ। ਇਸ ਸੰਸਥਾ ਨੇ ਇਹਨਾਂ ਨੂੰ ਸੇਵਾ ਬਖਸ਼ੀ ਸੀ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ, ਉੱਥੋਂ ਨਾਲ ਨਾਲ ਫਿਰ ਆਰਕੀਟੈਕਚਰ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੁਨਰ ਸੀ ਉਹਦਾ ਜਿਹੜਾ ਜੌਹਰ ਦਿਖਾਏ ਨੇ। ਹੁਣ ਰੀਸੈਂਟਲੀ ਡਰਾਫਟਮੈਨ ਕਮ ਅਸਿਸਟੈਂਟ ਆਰਕੀਟੈਕਟ ਸੀ ਇਹ ਕੰਸਲਟੈਂਸੀ ਡਿਪਾਰਟਮੈਂਟ ਦੇ ਵਿੱਚ। ਇੱਕ ਚੰਗੇ ਆਰਟਿਸਟ ਅਤੇ ਬਹੁਤ ਮਿੱਠ ਬੁੱਲੜੇ ਸੁਭਾਅ ਦੇ ਮੈਡਮ ਕਾਫ਼ੀ ਜ਼ਿਆਦਾ ਸ਼ਾਂਤ ਰਹਿਣ ਵਾਲੇ ਨੇ ਅਤੇ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਰਹਿੰਦੇ ਨੇ। ਪ੍ਰੋਫੈਸਰ ਕਮਲਜੀਤ ਜੀ ਨੂੰ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਦੂਰਦਰਸ਼ਨ ਦੇ ਨਿਊਜ਼ ਰੀਡਰ, ਇੱਥੋਂ ਦੇ ਆਪਣੇ ਇਲੈਕਟ੍ਰੋਨਿਕਸ ਦੇ ਵਿੱਚ ਪ੍ਰੋਫੈਸਰ ਅਤੇ HOD ਵੀ ਰਹੇ, ਨਾਲ ਨਾਲ ਇੰਟਰਨੈਸ਼ਨਲ ਲੈਵਲ 'ਤੇ ਬਹੁਤ ਸਾਰੇ ਰੇਡੀਓ ਸਟੇਸ਼ਨਸ ਦੇ ਉੱਤੇ ਨਿਊਜ਼ ਵੀ ਪੜ੍ਹਦੇ ਰਹੇ ਨੇ। ਪੰਜਾਬੀ ਸਾਹਿਤ ਦੇ ਇੱਕ ਚੰਗੇ ਲਿਖਾਰੀ, ਕਵੀ ਅਤੇ ਬਹੁਤ ਹੀ ਜ਼ਿਆਦਾ ਉਮਦਾ ਫੋਟੋਗ੍ਰਾਫੀ ਦੇ ਮਾਹਰ ਸੀ। ਉਸੇ ਤਰ੍ਹਾਂ ਉਹਨਾਂ ਦੇ ਬੱਚੇ ਅੰਮ੍ਰਿਤ ਅਤੇ ਹਰਨੂਰ ਸਿੰਘ ਉਸੇ ਤਰ੍ਹਾਂ ਆਰਟਿਸਟ ਨੇ। ਅੰਮ੍ਰਿਤ ਬੇਟੀ ਹੈ, ਮੈਰਿਡ ਹੈ ਬੰਬੇ, ਅਤੇ ਇਹ ਵੀ ਫੋਟੋਗ੍ਰਾਫੀ ਦੀ ਬਹੁਤ ਚੰਗੀ ਆਰਟਿਸਟ ਹੈ ਅਤੇ ਇਹਨਾਂ ਨੇ ਆਪਣਾ ਉੱਥੇ ਸਟੂਡੀਓ ਜਿਹੜਾ ਹੈਗਾ ਫੋਟੋਗ੍ਰਾਫੀ ਦਾ ਬਹੁਤ ਵਧੀਆ ਚਲਾ ਰਹੇ ਨੇ। ਇਸੇ ਤਰ੍ਹਾਂ ਬੇਟਾ ਹਰਨੂਰ ਹੈ, ਉਹ ਕਾਫੀ ਵਧੀਆ ਲੈਵਲ ਦੇ ਚੰਗੇ ਪਲੇਟਫਾਰਮ 'ਤੇ ਡਾਕੂਮੈਂਟਰੀ ਫਿਲਮਿੰਗ ਅਤੇ ਵੀਡੀਓ ਐਡੀਟਿੰਗ ਦਾ ਕੰਮ ਬਹੁਤ ਕਾਮਯਾਬੀ ਨਾਲ ਕਰ ਰਿਹਾ। ਉਹਨਾਂ ਦੇ ਸੁਭਾਵਾਂ ਦੀ ਝਲਕ ਜਿਹੜੀ ਉਹ ਸੇਮ ਪ੍ਰੋਫੈਸਰ ਕਮਲਜੀਤ ਦੀ ਤਰ੍ਹਾਂ ਸਾਨੂੰ ਦਿਖਦੀ ਹੈ।
ਤੇ ਮੈਡਮ ਹੁਣਾਂ ਨੇ ਆਪਣਾ ਸਾਰਾ ਜਿਹੜਾ ਹੈਗਾ ਇਹ ਕਾਰਭਾਰ ਆਪ ਸੰਭਾਲ ਕੇ ਰੱਖਿਆ। ਇਸ ਮਾਮਲੇ 'ਚ ਇਹਨਾਂ ਨੇ ਕਾਫੀ ਜ਼ਿਆਦਾ ਲੰਬੇ ਸਮੇਂ ਤੱਕ ਆਰਕੀਟੈਕਚਰ ਦਾ ਕੰਮ ਖੋਸਲਾ ਆਰਕੀਟੈਕਟਸ ਜਾਂ ਹੋਰ ਦੋ ਚਾਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲ ਕਰਨ ਤੋਂ ਬਾਅਦ ਇੱਥੇ ਸਾਨੂੰ ਇਹ ਸੇਵਾ ਦਿੱਤੀ ਹੈ। ਆਪ ਜੀ ਦਾ ਜੀ ਆਇਆਂ ਨੂੰ ਜੀ। ਮੈਂ ਇਸ ਵੇਲੇ ਟਾਈਮ ਜ਼ਿਆਦਾ ਹੋਣ ਕਰਕੇ ਬੇਨਤੀ ਕਰੂੰਗਾ ਰਿਸਪੈਕਟਡ ਪ੍ਰਿੰਸੀਪਲ ਸਾਹਿਬ ਨੂੰ ਕਿ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰਨ ਜੀ। ਸਤਿਕਾਰਯੋਗ ਮੈਡਮ ਕਮਲਜੀਤ ਅਤੇ ਮੈਡਮ ਜਸਪਾਲ ਕੌਰ, ਪ੍ਰੋਫੈਸਰ ਕਮਲਜੀਤ ਦੇ ਵਾਈਫ ਮੈਡਮ ਜਸਪਾਲ ਕੌਰ ਜੀ, ਉਹਨਾਂ ਦੇ ਨਾਲ ਪਰਿਵਾਰਕ ਮੈਂਬਰ, ਸਾਡੇ ਕਾਲਜ ਦੇ ਸਟਾਫ ਮੈਂਬਰਸ, ਫੈਕਲਟੀ ਮੈਂਬਰਸ। ਸੋ ਅੱਜ ਅਸੀਂ ਮੈਡਮ ਜਸਪਾਲ ਕੌਰ ਹੋਰਾਂ ਦੇ ਰਿਟਾਇਰਮੈਂਟ ਦੇ ਮੌਕੇ 'ਤੇ ਸਾਰੇ ਇਕੱਠੇ ਹੋਏ ਹਾਂ। ਪਹਿਲਾਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ, ਉੱਥੇ ਹਰ ਇੱਕ ਮੁਲਾਜ਼ਮ ਲਈ ਅਹਿਮ ਹੁੰਦਾ, ਕੋਈ ਵੀ ਜਿਹਨੇ ਜੋਬ ਕਰਨੀ ਹੈ, ਸਰਵਿਸ ਕਰਨੀ ਹੈ, ਉਹਦੇ ਲਈ ਇਹ ਇੱਕ ਫੇਜ਼ ਹੁੰਦਾ ਕਿ ਇੱਕ ਫੇਜ਼ ਖਤਮ ਕਰਕੇ ਦੂਸਰੇ ਫੇਜ਼ 'ਚ ਉਹਨੇ ਆਉਣਾ ਹੁੰਦਾ। ਸੋ ਅੱਜ ਸਭ ਤੋਂ ਪਹਿਲਾਂ ਮੈਡਮ ਜਸਪਾਲ ਕੌਰ ਨੂੰ ਬਹੁਤ ਬਹੁਤ ਵਧਾਈ ਹੋਵੇ ਕਿ ਉਹਨਾਂ ਨੇ ਆਪਣਾ ਇਹ ਇੱਕ ਫੇਜ਼ ਬਹੁਤ ਵਧੀਆ ਤਰੀਕੇ ਨਾਲ ਕਾਮਯਾਬੀ ਨਾਲ ਪੂਰਾ ਕੀਤਾ। ਸੋ ਅੱਜ ਦੇ ਦਿਨ ਉਹਨਾਂ ਦੀ ਇੱਕ ਰਸਮੀ ਤੌਰ 'ਤੇ ਰਿਟਾਇਰਮੈਂਟ ਪਾਰਟੀ ਹੋ ਰਹੀ ਹੈ। ਜਿਵੇਂ ਗੁਰਮੁਖ ਸਿੰਘ ਹੋਰਾਂ ਨੇ ਦੱਸਿਆ ਕਿ ਉਹਨਾਂ ਨੇ ਸਾਡੇ ਰਿਸਪੈਕਟਡ ਪ੍ਰੋਫੈਸਰ ਕਮਲਜੀਤ ਹੋਰਾਂ ਦੀ ਸਾਰੀ ਜ਼ਿੰਮੇਵਾਰੀ ਬਹੁਤ ਹੌਸਲੇ ਨਾਲ ਸੰਭਾਲੀ ਹੈ, ਪਰਿਵਾਰ ਨੂੰ ਸੰਭਾਲਿਆ, ਪਰਿਵਾਰ ਦੀ ਪਰਵਰਿਸ਼ ਕੀਤੀ ਹੈ, ਉਹਨਾਂ ਨੂੰ ਆਪਣੇ ਆਪਣੇ ਮੁਕਾਮ 'ਤੇ ਪਹੁੰਚਾਇਆ। ਸੋ ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜਿਹੜੀਆਂ ਕੋਈ ਸਮਾਜਿਕ ਜ਼ਿੰਮੇਵਾਰੀਆਂ ਸੀ ਜਾਂ ਜੋਬ ਪ੍ਰਤੀ ਜ਼ਿੰਮੇਵਾਰੀਆਂ ਸੀ ਉਹ ਵੀ ਬਾਖੂਬੀ ਨਿਭਾਈਆਂ ਨੇ। ਸੋ ਕਾਲਜ ਵੱਲੋਂ, ਕਾਲਜ ਦੇ ਬਿਹਾਫ 'ਤੇ ਮੈਂ ਉਹਨਾਂ ਨੂੰ ਧੰਨਵਾਦ ਕਰਨਾ ਚਾਹੂੰਗਾ ਕਿ ਉਹਨਾਂ ਨੇ ਆਪਣੀ ਜਿਹੜੀ ਸੇਵਾ ਹੈ, ਟੈਕਨੀਕਲ ਪ੍ਰੋਫੈਸ਼ਨਲ ਸੇਵਾ, ਉਹ ਕਾਲਜ ਨੂੰ ਦਿੱਤੀ ਪਿਛਲੇ 10 ਸਾਲ ਤੋਂ ਵੀ ਜ਼ਿਆਦਾ। ਸੋ ਇਸ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤਹਿ ਦਿਲ ਤੋਂ ਧੰਨਵਾਦ। ਨਿੱਜੀ ਤੌਰ 'ਤੇ ਵੀ, ਕਿਉਂਕਿ ਪ੍ਰੋਫੈਸਰ ਕਮਲਜੀਤ ਹੋਰਾਂ ਦੇ ਅਸੀਂ ਚਾਹੇ ਸਿੱਧੇ ਸਟੂਡੈਂਟ ਨਹੀਂ ਸੀ, ਪਰ ਉਹਨਾਂ ਦਾ ਇਸ ਕਾਲਜ ਨਾਲ ਬੜਾ ਡੂੰਘਾ ਸੰਬੰਧ ਹੈ, ਕਿਉਂਕਿ ਆਪ, ਫਿਰ ਉਹਨਾਂ ਦੇ ਬ੍ਰਦਰ, ਫਿਰ ਉਹਨਾਂ ਦਾ ਬੇਟਾ, ਉਹ ਇੱਥੋਂ ਦੇ ਸਟੂਡੈਂਟ ਰਹੇ ਨੇ। ਹਰਨੂਰ ਇੱਥੋਂ ਦਾ ਪਾਸ ਆਊਟ ਹੈ, ਸੋ ਉਹਨਾਂ ਦਾ ਬ੍ਰਦਰ ਵੀ ਇੱਥੋਂ ਪਹਿਲਾਂ ਪਾਸ ਕਰਕੇ ਗਿਆ ਸੀ। ਸੋ ਕਾਲਜ ਨਾਲ ਉਹਨਾਂ ਦਾ ਇੱਕ ਬੜਾ ਡੂੰਘਾ ਅਤੇ ਨਿੱਘਾ ਸੰਬੰਧ ਰਿਹਾ। ਸੋ ਇਸ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਬਖਸ਼ੇ, ਆਉਣ ਵਾਲੇ ਟਾਈਮ 'ਚ ਉਹ ਸਿਹਤਯਾਬ ਰਹਿਣ ਅਤੇ ਆਪਣੇ ਆਪਣੇ ਪ੍ਰੋਫੈਸ਼ਨ 'ਚ, ਉਹਨਾਂ ਦੇ ਦੋਨੋਂ ਬੱਚੇ ਅੰਮ੍ਰਿਤ ਅਤੇ ਹਰਨੂਰ, ਕਾਮਯਾਬੀ ਹਾਸਲ ਕਰਨ। ਸਾਡੀ ਪਰਮਾਤਮਾ ਅੱਗੇ ਇਹੀ ਦੁਆ ਹੈ ਕਿ ਉਹ ਕਾਮਯਾਬ ਹੋਣ, ਖੁਸ਼ ਰਹਿਣ, ਅਤੇ ਮੈਡਮ ਜਸਪਾਲ ਕੌਰ ਹੋਣੀ ਦੀ ਇੱਕ ਵਧੀਆ ਸਿਹਤ ਹੋਵੇ, ਅਤੇ ਸੁਸਾਇਟੀ ਦੇ ਵਿੱਚ ਉਹ ਆਪਣਾ ਹੋਰ ਯੋਗਦਾਨ ਪਾ ਸਕਣ, ਕਿਉਂਕਿ ਸਾਰਾ ਪਰਿਵਾਰ ਇਹ ਕਲਾ ਨਾਲ ਜੁੜਿਆ ਹੋਇਆ। ਸੋ ਕਲਾ ਨਾਲ ਜਿਹੜਾ ਕੋਈ ਬੰਦਾ ਜੁੜਿਆ ਹੁੰਦਾ ਹੈ, ਉਹ ਸਮਾਜ 'ਚ ਬਹੁਤ ਵੱਡੀ ਸੇਵਾ ਕਰ ਰਿਹਾ ਹੁੰਦਾ ਹੈ। ਸੋ ਇੱਕ ਵਾਰ ਫਿਰ ਮੈਂ ਸਾਰੇ ਪਰਿਵਾਰ ਦਾ, ਮੈਡਮ ਜਸਪਾਲ ਕੌਰ ਹੋਰਾਂ ਦਾ ਧੰਨਵਾਦ ਕਰਦਾ।
ਅਤੇ ਮੈਂ ਆਸ ਕਰਦਾ, ਮੈਂ ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਉਹਨਾਂ ਨੂੰ ਇੱਕ ਵਧੀਆ ਸਿਹਤ ਅਤੇ ਇੱਕ ਚੰਗੀ ਖੁਸ਼ੀਆਂ ਭਰੀ ਜ਼ਿੰਦਗੀ ਦੇਵੇ। ਥੈਂਕ ਯੂ ਵੈਰੀ ਮੱਚ। ਇੱਕ ਰਿਸਪੈਕਟ ਲਈ ਆਪਾਂ ਤਾੜੀ ਜ਼ਰੂਰ ਮਾਰ ਦੇਣੀ ਹੁੰਦੀ ਹੈ ਜੀ। ਥੈਂਕ ਯੂ। ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਅੱਜ ਮੇਰੀ ਸਿਸਟਰ ਜਸਪਾਲ ਕੌਰ ਦੀ ਰਿਟਾਇਰਮੈਂਟ ਹੈ। ਅਸੀਂ ਬਚਪਨ ਤੋਂ ਇਕੱਠੇ ਪੜ੍ਹੇ, ਇਕੱਠੇ ਵੱਡੇ ਹੋਏ। ਸਾਡੇ ਜੀਜਾ ਜੀ ਕਮਲਜੀਤ, ਸਰਦਾਰ ਕਮਲਜੀਤ ਸਿੰਘ ਜੀ ਸਾਡੇ ਪਰਿਵਾਰ ਦੇ ਰਿਸਪੈਕਟਡ ਮੈਂਬਰ ਸੀ। ਉਹਨਾਂ ਦਾ ਅਸੀਂ ਹੁਣ ਤੱਕ ਬਹੁਤ ਜ਼ਿਆਦਾ ਆਦਰ ਸਨਮਾਨ ਕਰਦੇ ਹਾਂ। ਮੈਂ ਉਮੀਦ ਕਰਦੀ ਹਾਂ ਕਿ ਮੇਰੀ ਸਿਸਟਰ ਜਸਪਾਲ ਕੌਰ ਦੀ ਆਉਣ ਵਾਲੀ ਲਾਈਫ ਖੁਸ਼ੀਆਂ ਭਰੀ ਹੋਵੇ, ਉਹਨਾਂ ਦੇ ਬੱਚੇ ਹੋਰ ਕਾਮਯਾਬ ਹੋਣ, ਅੰਮ੍ਰਿਤ, ਹਰਨੂਰ ਉਹਨਾਂ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ। ਮੈਂ ਇਸ GNEC ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਛੋਟੇ ਜਿਹੇ ਪਰਿਵਾਰ ਨੂੰ ਇੰਨਾ ਵੱਡਾ ਮਾਣ ਬਖਸ਼ਿਆ। ਮੇਰਾ ਬੇਟਾ ਵੀ ਇਸੇ ਕਾਲਜ ਦਾ ਪਾਸ ਆਊਟ ਹੈ। 2014 ਵਿੱਚ ਉਸਨੇ BTECH ਕੀਤੀ ਹੈ। ਉਸਨੇ ਵੀ ਇਸ ਕਾਲਜ ਤੋਂ ਬਹੁਤ ਪਿਆਰ ਲਿਆ। ਮੈਂ ਫਿਰ ਲਾਸਟ ਵਿੱਚ ਪ੍ਰਿੰਸੀਪਲ ਸਾਹਿਬ, ਸਾਰੇ ਪਤਵੰਤੇ ਸੱਜਣ ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਅਗੇਨ ਕਾਂਗਰੈਟਸ ਟੂ ਜਸਪਾਲ। ਥੈਂਕ ਯੂ। Here mom was honored with a special retirement token of appreciation for her dedicated services, and our entire family is proud of her achievements and we wish her all the very best for the future. That's it for today's vlog. Thank you so much for watching.